ਇਹ ਨਾ ਪਿਛਲੇ ਕੁਛ ਸਮੇਂ ਤੋਂ ਆਪਣੇ ਰਾਮਪੁਰੇ ਏਰੀਏ 'ਚ ਜਾਂ ਸਾਰੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਹੀ ਜਿਹੜਾ ਹੈਗਾ ਸੈਲਰਾਂ 'ਚ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਸੀਗੀਆਂ। ਆਪਣੇ ਪਿੱਛੇ ਆ ਜਿਹੜੀ ਰਾਤ ਲੰਘੀ 2 ਅਤੇ 3 ਦੀ ਦਰਮਿਆਨੀ ਰਾਤ ਨੂੰ ਮਹਾਂਦੇਵ ਰਾਈਸ ਮਿਲ ਦੇ ਵਿੱਚ ਚੋਰੀ ਹੋਈ ਸੀ ਅਤੇ ਉਹਨਾਂ ਨੇ ਸਾਡੇ ਕੋਲ ਜਦੋਂ ਇਨਫੋਰਮੇਸ਼ਨ ਦਿੱਤੀ ਅਤੇ ਅਸੀਂ ਮਾਨਯੋਗ SSP ਸਾਹਿਬ ਦੇ ਧਿਆਨ 'ਚ ਲਿਆਂਦਾ। SSP ਸਾਹਿਬ ਦੇ ਨਾਲ ਡਿਸਕਸ ਕਰਕੇ IPS ਨੇ ਆਪਣੇ ਸ਼੍ਰੀ ਅਜੇ ਗਾਂਧੀ SPD ਸਾਹਿਬ ਉਹਨਾਂ ਨਾਲ ਗੱਲਬਾਤ ਕੀਤੀ, ਡਿਸਕਸ ਕੀਤਾ ਅਤੇ SHO ਸਾਹਿਬ ਰਜੇਸ਼ ਕੁਮਾਰ ਦੀ ਅਗਵਾਈ ਦੇ ਵਿੱਚ ਆਪਾਂ ਨੇ ਟੀਮਾਂ ਬਣਾਈਆਂ ਅਤੇ ਇਹ ਜਿਹੜੀ ਹੈਗੀ ਸੀ ਚੋਰੀ ਨੂੰ ਟੈਕਨੀਕਲ ਤਰੀਕੇ ਨਾਲ ਟਰੇਸ ਕਰਦੇ ਹੋਏ ਗਾਂਹ ਚੱਲਦੇ ਚੱਲਦੇ ਅਸੀਂ ਉਹ ਬੰਦਿਆਂ ਤੱਕ ਪਹੁੰਚੇ ਹਾਂ ਅਤੇ ਉਹਦੇ ਵਿੱਚ ਜਿਹੜਾ ਹੈਗਾ ਆਪਾਂ ਨੂੰ 250 ਗੱਟੇ, ਇੱਥੋਂ ਦਾ 157 ਗੱਟੇ ਚੋਰੀ ਹੋਏ ਸੀ, ਇਹਨਾਂ ਕੋਲ 250 ਗੱਟੇ ਜਿਹੜੇ ਚੋਰੀ ਆ ਮਾਲ ਬਰਾਮਦ ਹੋਇਆ, ਜਿਹਦੇ ਵਿੱਚ 2 ਬੰਦੇ ਹੈਗੇ ਆ ਜਿਹਨਾਂ ਦੇ ਨਾਂ ਹੈਗੇ ਸੰਜੇ ਕੁਮਾਰ ਉਰਫ ਕਾਲਾ, ਇਹ ਵਾਸੀ ਆਦਰਸ਼ ਨਗਰ ਰਾਮਪੁਰਿਆ ਰਹਿਣ ਵਾਲਾ, ਅਤੇ ਅਜੇ ਪੁੱਤਰ ਨੈਣਪਾਲ ਹੈਗਾ ਭਗਤ ਸਿੰਘ ਕਲੋਨੀ ਰਾਮਪੁਰਿਆ ਰਹਿਣ ਵਾਲਾ। ਅਤੇ ਇਹਨਾਂ ਕੋਲੋਂ ਇੱਕ ਟਰੱਕ ਮਿਲਿਆ, 2 ਮੋਟਰਸਾਈਕਲ ਜਿਹੜੀਆਂ ਮਿਲੀਆਂ ਗਈਆਂ ਅਤੇ ਇਹਨਾਂ ਦੀ ਹੋਰ ਤਫਤੀਸ਼ ਕਰ ਰਹੇ। ਇਹਦੇ ਵਿੱਚ ਅਜੇ ਹੋਰ ਵੀ ਬੰਦਿਆਂ ਦੀ ਇਨਵੋਲਵਮੈਂਟ ਸਾਹਮਣੇ ਆਊਗੀ ਜਿਹੜੇ ਇਹਨਾਂ ਦੇ ਨਾਲ ਚੋਰੀ ਕਰਾਉਣ ਦੇ ਵਿੱਚ ਜਿਹੜੇ ਇਹਨਾਂ ਦੇ ਸਾਥੀ ਸੀਗੇ ਅਤੇ ਜਾਂ ਜਿਹੜੇ ਚੋਰੀ ਦਾ ਸਮਾਨ ਖਰੀਦਦੇ ਸੀ। ਅੱਜ ਇਹਨਾਂ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਅਤੇ ਅੱਗੇ ਤਫਤੀਸ਼ ਚਲਾਵਾਂਗੇ ਅਤੇ ਜਿਵੇਂ ਵੀ ਫਿਰ ਅੱਗੇ ਕੁਛ ਇਹਦੇ ਵਿੱਚ ਅਪਡੇਟ ਆਉਂਦੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਚੋਰੀ ਕਰਨ ਦਾ ਤਰੀਕਾ ਇਹ ਪਿੱਛੇ ਸੈਲਰ ਦੇ ਵਿੱਚ ਆਪਾਂ ਪਾਰਡ ਲਾ ਕੇ ਅਤੇ ਰੇਹੜੀਆਂ ਦੇ ਉੱਤੇ ਉੱਥੋਂ ਹੌਲੀ ਹੌਲੀ ਮਾਲ ਜਾ ਕੇ ਕਰਕੇ ਲੋਡ ਕਰਕੇ ਫਿਰ ਅੱਗੇ ਲੈ ਕੇ ਜਾਂਦੇ ਸੀਗੇ। ਤਫਤੀਸ਼ ਹੋਈ ਆਪਣੀ 250 ਗੱਟੇ ਬਰਾਮਦ, ਹਾਂਜੀ ਹਾਂ, ਇੱਕ ਟਰੱਕ ਹੈਗਾ, 2 ਮੋਟਰਸਾਈਕਲ ਰਹਿ ਗਈਆਂ। ਹਾਂਜੀ, ਇਹ ਤਾਂ 2 ਬੰਦੇ ਆਪਣੇ ਅਰੈਸਟ ਕੀਤੇ ਆ, 30 'ਚ ਜਿਹੜੇ ਜਿਹੜੇ ਬੰਦੇ ਆਈ ਜਾਣਗੇ ਉਸ ਹਿਸਾਬ ਨਾਲ ਫਿਰ ਆਪਾਂ ਹੈਗਾ ਉਹਨਾਂ ਨੂੰ ਬਾਈ ਨੇਮ ਵਿੱਚ ਨਾਮ ਦਿੱਤੇ। ਇੱਕ ਜਦੋਂ ਸਪੈਸ਼ਲ ਲੱਗਦੀ ਆ ਜੀ ਉਦੋਂ ਵੀ ਚੋਰੀ ਹੁੰਦੇ ਆ ਜੀ, ਉਹਦੇ ਬਾਰੇ ਕੋਈ? ਉਹਦੇ ਬਾਰੇ ਜੇ ਕੋਈ FCI ਡਿਪਾਰਟਮੈਂਟ ਵੱਲੋਂ ਜਾਂ ਕੋਈ ਕਿਸੇ ਵੱਲੋਂ ਕੋਈ ਸ਼ਿਕਾਇਤ ਆਊਗੀ ਤਾਂ ਉਹਦੀ ਵੀ ਅਸੀਂ ਇਨਵੈਸਟੀਗੇਸ਼ਨ ਕਰਕੇ ਜਿਹੜੀ ਹੈਗੀ ਕਾਰਵਾਈ ਕਰਾਂਗੇ।